ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਵੀਰ ਜੀ ਇੱਕ ਵਾਰੀ ਫਿਰ ਆਪਾਂ ਮਨਦੀਪ ਸਿੰਘ ਘਰ ਆਏ ਜੀ। ਠੀਕ ਹੈ ਜੀ, ਇਹਨਾਂ ਕੋਲ ਕੁਛ ਐਨੀਮਲ ਸੇਲ ਹੈ ਜੀ, ਤਾਂ ਉਹਨਾਂ ਨੇ ਵੀਰ ਜੀ ਨੇ ਗੱਲਬਾਤ ਕਰਾਂਗੇ ਜੀ, ਕੀ ਪ੍ਰਾਈਜ਼ ਹੈ ਇਹਨਾਂ ਦਾ ਅਤੇ ਕੀ ਮਿਲਕ ਰਿਕਾਰਡ ਹੈ ਜੀ ਇਹਨਾਂ ਦਾ, ਸਾਰੀ ਗੱਲਬਾਤ ਕਰਾਂਗੇ। ਠੀਕ ਹੈ, ਨੰਬਰ ਵੀਰ ਜੀ ਨੂੰ ਦੇ ਕੇ ਜਾਵਾਂਗੇ ਜੀ। ਠੀਕ ਹੈ ਜੀ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਪਹਿਲਾਂ ਆਪਣੇ ਬਾਰੇ ਡਿਟੇਲ ਦੱਸੋ ਸਾਰੀ। ਮੇਰਾ ਮਨਦੀਪ ਸਿੰਘ ਜੀ, ਪਿੰਡ ਲਹਿਰਾ ਰੋਈ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਜੀਰੇ ਸ਼ਹਿਰ ਦੇ ਨਾਲ। ਜੀਰੇ ਸ਼ਹਿਰ ਨਾਲ ਆ, ਠੀਕ। ਨੰਬਰ ਵੀਰ ਜੀ ਬੋਲੋ ਆਪਣਾ। ਨੰਬਰ ਆਪਣਾ 8830। ਅੱਛਾ ਜੀ, 400। ਇੱਕ ਵਾਰੀ ਫਿਰ ਬੋਲੋ ਜੀ, 8830-6400। ਠੀਕ ਹੈ ਜੀ, ਤਾਂ ਵੀਰ ਜੀ ਹੁਣ ਦੱਸੋ ਆਪਣੇ ਐਨੀਮਲ ਕਿਹੜੇ ਸੇਲ ਹੈ ਜੀ? ਇਹ ਵੀ ਆ ਦੂਜੇ ਸੂਏ ਵਾਲਾ, ਤਾਂ ਜੀ ਉਹ ਪਹਿਲੇ ਸੂਏ ਸੂਈ ਦਾ। ਠੀਕ ਹੈ, ਦੋ ਐਨੀਮਲ ਸੇਲ। ਉਹ ਸੂਈ ਵੀ ਠੀਕ ਹੈ ਜੀ। ਚਲੋ ਪਹਿਲਾਂ ਇਹਦੇ ਬਾਰੇ ਗੱਲ ਕਰੋ, ਕਿੰਨੇ ਸੂਏ ਵੀਰ ਜੀ ਇਹ? ਦੂਜੇ ਸੂਏ ਸੋਣਾ। ਤੁਸੀਂ ਸੇਲ ਪਰਚੇ ਤੇ ਕੰਮ ਕਰਦੇ? ਠੀਕ ਹੈ ਜੀ, ਤੇ ਵੀਰ ਜੀ ਨੇ ਕੋਈ ਪਹਿਲਾਂ ਦਾ ਰਿਕਾਰਡ ਪੁੱਛਿਆ ਹੋਵੇ ਮਾੜਾ ਮੋਟਾ ਕੋਈ? ਮੇਰੇ ਉਹਦਾ ਘਰ ਵਾਲੇ ਕਹਿੰਦੇ ਸੀ 23-24 ਲੀਟਰ ਦੁੱਧ ਦਿੱਤਾ ਵਾ। ਅੱਛਾ ਜੀ, ਆਪਾਂ ਕਹਿੰਦੇ 20 ਕਿਲੋ ਦੁੱਧ ਦੇ ਦੇਵੇ ਬਹੁਤ। ਅੱਛਾ ਪਹਿਲਾਂ, ਠੀਕ ਹੈ, ਪਹਿਲਾਂ ਨੇ ਕਹਿੰਦੇ 23 ਲੀਟਰ ਦੁੱਧ ਦਿੱਤਾ। ਠੀਕ ਹੈ, 20 ਕਿਲੋ ਦੇ ਦੇਵੇ ਭਾਈ, ਦੂਜੇ ਸੋ 20 ਕਿਲੋ ਦੇ ਦੇਵੇ ਬਹੁਤ ਆ। ਠੀਕ ਹੈ ਜੀ, ਚਲੋ ਵੀਰ ਜੀ ਫਿਰ ਇਹਨੂੰ ਖੋਲੋ, ਫਿਰ ਤੋਰੀਏ ਜੀ ਇਹਨੂੰ ਆਪਾਂ। ਠੀਕ ਹੈ, ਦੇਖੋ ਵੀਰ ਜੀ ਇਹ ਗਾਂ ਦੀ ਹਾਈਟ ਦੇਖੋ ਜੀ, ਗਾਂ ਦੀ ਹਜੇ ਚਲੋ ਹਜੇ ਬੰਨਾ। ਵੀਰ ਜੀ ਕਿੰਨਾ ਟਾਈਮ ਲੈ ਜੂ ਜੀ ਇਹ? ਹਫਤਾ ਲੈ ਜੂਗੀ ਹੈ ਜੀ। ਠੀਕ, 6-7 ਦਿਨ ਲੈਂਦੀ ਆ। 6-7 ਦਿਨ ਲੈਂਦੀ ਹੈ, ਲੈ ਜਾਓ ਵੀਰ ਜੀ, ਲੈ ਜਾਓ। ਉਹ ਥਾਣਾ ਥੋੜ੍ਹੇ ਬਿਲਕੁਲ ਗਰੰਟੀ ਹੈ ਜੀ। ਚਲੋ ਪਹਿਲੇ ਵੀ ਵੈਸੇ ਤੁਸੀਂ ਐਨੀਮਲ ਵੇਚਦੇ ਹੀ ਆ। ਹਾਂਜੀ ਹਾਂ, ਚਲੋ ਆਪਣਾ ਕਹਿਣ ਦਾ ਫਰਜ਼ ਹੈ ਜੀ। ਠੀਕ ਹੈ ਜੀ, ਠੀਕ ਹੈ। ਅਤੇ ਵੀਰ ਜੀ ਪ੍ਰਾਈਜ਼ ਦੇਣ ਦਾ ਕੀ ਹੈ ਜੀ? 50,000 ਰੁਪਈਆ। ਚਲੋ ਮੌਕੇ ਮਾਨਤਨ ਕਰ ਦਿਓ। ਠੀਕ ਹੈ ਜੀ, ਹਾਂਜੀ। ਚਲੋ ਵੀਰ ਜੀ ਦੂਸਰੀ ਗਾਂ ਦੀ ਗੱਲ ਕਰੀਏ ਜੀ ਆਪਾਂ। ਇਹ ਵੀਰ ਜੀ ਕਿਵੇਂ ਸੂਏ ਜੀ ਇਹ? ਪਹਿਲੇ ਸੂਏ ਸੂਈ ਆ, ਮੂੰਹੋਂ ਚੌਕੀ ਹੈ। ਪਹਿਲੇ ਸੂਏ ਸੂਈ ਆ, ਮੂੰਹੋਂ ਚੌਕੀ ਆ। ਠੀਕ ਹੈ, ਅਤੇ ਵੀਰ ਜੀ ਸਿੰਘ ਹੈ ਜੀ ਇਹਦੇ? ਥੋੜ੍ਹੇ ਥੋੜ੍ਹੇ ਹੈ ਨਾ ਜੀ? ਅੱਛਾ ਜੀ, ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਉਹਦੀਆਂ ਫੋਟਾਂ ਫੁੱਟੀਆਂ ਦੇਗਾ ਮੁੜ ਕੇ। ਅਤੇ ਵੀਰ ਜੀ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਜੀ? ਵੀਰੇ ਇਹਨੂੰ ਅੱਜ ਚੌਥਾ ਦਿਨ ਆ। ਚੌਥਾ ਦਿਨ ਹੋਇਆ, ਅਤੇ ਫਿਰ ਤਾਂ ਬੋਲਾ ਹੀ ਹੋਣਾ ਜੀ ਅੱਜ? ਹਾਂਜੀ, 10 ਕਿਲੋ ਬੋਲਾ ਵੀਰੇ। 10 ਕਿਲੋ ਬੋਲਾ, ਅਤੇ ਫਿਰ ਕਿੰਨਾ ਦੁੱਧ ਕਰੂਗੀ ਜੀ ਇਹ? ਦੁੱਧ ਵੀਰੇ 15 ਕਿਲੋ। 15 ਕਿਲੋ ਕਰ ਦਿਓ, 14-15 ਕਿਲੋ ਦੇ ਦੂੰਗੀ। ਠੀਕ ਹੈ, ਅਤੇ ਮਗਰ ਵੀਰ ਜੀ ਬੱਚਿਆਂ ਦੇ? ਬੱਚਾ ਵੀਰੇ ਉਹ ਬਟਨ। ਅੱਛਾ, ਬੱਚਾ ਆ ਗਿਆ। ਠੀਕ ਹੈ, ਚਲੋ ਵੀਰ ਜੀ ਫਿਰ ਤੋਰੋ ਇਹਨੂੰ ਵੀਰ ਜੀ। ਚੰਗੇ ਐਨੀਮਲ ਲੈ ਕੇ ਆਉਂਦੇ, ਬਸ ਸਾਫ਼ ਸੁਥਰਾ ਕੰਮ ਕਰਦੇ ਹਾਂ, ਚਾਹੀਦਾ ਵੀ ਐਂ ਹੈ ਜੀ, ਸਾਫ਼ ਸੁਥਰਾ ਕੰਮ ਹੀ ਕਰਨਾ ਚਾਹੀਦਾ। ਠੀਕ ਹੈ ਜੀ, ਕਿਉਂਕਿ ਵੇਖੋ ਵੀਡੀਓ ਵੇਖ ਕੇ ਕਈ ਵੀਰ ਬਹੁਤ ਦੂਰੋਂ ਦੂਰੋਂ ਆ ਜਾਂਦੇ ਆ, ਅਤੇ ਬਾਅਦ ਇੱਥੇ ਗੱਲ ਕੁਛ ਹੋਰ ਨਿਕਲੇ। ਪੂਰੀ ਚੰਗੀ, ਹਾਂਜੀ ਹਾਂ, ਪੂਰੀ ਸੀਲ ਠੰਡੀ ਆ, ਨਿਆਰਾ ਪਾਉਣ ਦੀ ਲੋੜ ਨਹੀਂ। ਠੀਕ ਹੈ ਜੀ, ਇੱਕ ਔਨਲਾਈਨ ਕੰਮ ਹੈ ਤਾਂ ਬਹੁਤ ਵਧੀਆ ਜੀ, ਪਰ ਇਹਦੇ ਵਿੱਚ ਥੋੜ੍ਹਾ ਨੁਕਸ ਵੀ ਆ ਜਾਂਦੇ ਕਈ ਵਾਰੀ। ਹਾਂਜੀ ਹਾਂ, ਬਿਲਕੁਲ, ਜਿਹੜੀ ਚੀਜ਼ ਦੱਸ, ਵੇਖੋ ਮੈਨੂੰ ਹੁਣ ਪਤਾ ਨਹੀਂ ਇਹਨੇ ਕਿੰਨਾ ਦੁੱਧ ਆ ਜਾਂ ਕਿੰਨੀ, ਤੁਸੀਂ ਤੁਹਾਡੇ ਕਹਿਣ 'ਤੇ ਆ। ਠੀਕ ਹੈ ਨਾ ਜੀ, ਚੌਥਾ ਦੇਣਾ, ਸੀਲ ਪੂਰੀ ਠੰਡੀਆਂ ਨਿਆਰਾ ਪਾਉਣ ਦੀ ਲੋੜ ਹੈ। ਠੀਕ ਹੈ ਜੀ, ਅਤੇ ਵੀਰ ਜੀ ਇਹਦਾ ਪ੍ਰਾਈਜ਼ ਕੀ ਹੈ ਜੀ? ਬੱਤੀ ਹਜ਼ਾਰ ਰੁਪਈਆ। ਚਲੋ ਇਹਦੇ ਮੌਕੇ 'ਤੇ ਮਾਨਤ ਨਾ ਹੋ ਜਾਓ। ਹਾਂਜੀ, ਠੀਕ ਹੈ, ਨਹੀਂ ਤਾਂ ਐਨੀਮਲ ਤੁਹਾਡੇ ਸਾਰੇ ਸੋਹਣੇ ਜੀ। ਠੀਕ ਹੈ ਜੀ, ਅਤੇ ਵੀਰ ਜੀ ਚਲੋ ਨੰਬਰ ਤੁਸੀਂ ਇੱਕ ਵਾਰੀ ਫਿਰ ਬੋਲੋ ਜੀ ਆਪਣਾ। ਵੀਰੇ ਆਪਣਾ 8830-6364। ਇੱਕ ਵਾਰੀ ਫਿਰ ਬੋਲੋ ਜੀ, 8830-6364। ਚਲੋ ਜੇ ਕਿਸੇ ਵੀਰ ਨੇ ਲੋੜ ਹੋਈ ਜੀ, ਉਹ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ ਜੀ। ਠੀਕ ਹੈ ਵੀਰ ਜੀ, ਹਾਂਜੀ ਵੀਰ ਜੀ, ਚਲੋ ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।